ਤੁਸੀਂ ਕਈ ਵਾਰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਤੁਹਾਡਾ ਇਹ ਸਵਾਲ ਸੀ ਪਹਿਲਾਂ ਵੀ ਕੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਘਰ ਦੇ ਪਹਿਲੇ ਕਮਰੇ ਵਿੱਚ ਰੱਖਣਾ ਜਾਂ ਪਿਛਲੇ ਕਮਰੇ ਵਿੱਚ ਰੱਖਣਾ, ਉੱਪਰ ਦੇ ਕਮਰੇ 'ਚ ਰੱਖਣਾ ਜਾਂ ਬੇਸਮੈਂਟ ਵਿੱਚ ਰੱਖਣਾ, ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਹਿਲੇ 'ਚ ਰੱਖੋ, ਪਿਛਲੇ 'ਚ ਰੱਖੋ, ਹੇਠਾਂ ਰੱਖੋ, ਉਹਦੇ ਉੱਪਰ ਆਪ ਘੁੰਮ ਰਹਿੰਦੇ ਰਹੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਬਿਲਕੁਲ ਬ੍ਰਾਹਮਣਵਾਦ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇਸ ਤਰ੍ਹਾਂ ਦਾ ਰੂਪ ਸਮਝ ਲੈਣਾ ਹੈ ਵੀ ਜਿਹਦੇ ਨੇੜਿਓਂ ਵੀ ਨਹੀਂ ਲੱਗਣਾ, ਜਿਹਦੇ ਵੱਲ ਪਿੱਠ ਵੀ ਨਹੀਂ ਕਰਨੀ। ਇਹ ਕੋਈ ਗਲਤ ਸਿਧਾਂਤਕ ਤੌਰ 'ਤੇ ਬਿਲਕੁਲ ਗਲਤ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਫਿਰ ਇੱਕ ਹੋਰ ਹੈ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਘਰ ਵਿੱਚ ਰੱਖ ਲਿਆ ਅਤੇ ਕੀ ਤੁਸੀਂ ਉੱਥੇ ਸ਼ਰਾਬ ਪੀ ਸਕਦੇ ਹੋ ਜਾਂ ਮੀਟ ਖਾ ਸਕਦੇ ਹੋ? ਇਹ ਸਵਾਲ ਵੀ ਅਕਸਰ ਤੁਸੀਂ ਕਰਦੇ ਰਹਿੰਦੇ ਹੋ। ਤੋ ਪਹਿਲੀ ਗੱਲ ਤਾਂ ਵੀ ਸ਼ਰਾਬ ਤਾਂ ਨਸ਼ਾ ਜਿਹੜਾ ਉਹ ਪਾਬੰਦੀ ਹੈ, ਤੋ ਇਸ ਕਰਕੇ ਉਹ ਤਾਂ ਨਹੀਂ ਵਰਤ ਸਕਦੇ। ਪਰ ਮੀਟ ਦੀ ਸਿੱਖ ਧਰਮ ਵਿੱਚ ਕੋਈ ਪਾਬੰਦੀ ਨਹੀਂ, ਹਲਾਲ ਨਹੀਂ ਖਾਣਾ ਅਤੇ ਬਾਕੀ ਸਾਰਾ ਜਿਹੜਾ ਉਸ ਦੀ ਕੋਈ ਪਾਬੰਦੀ ਨਹੀਂ। ਭਾਵੇਂ ਗਾਂ ਦਾ ਮਾਸ ਖਾਓ, ਭਾਵੇਂ ਬੱਕਰੇ ਦਾ, ਭਾਵੇਂ ਕੁੱਤੇ ਦਾ, ਭਾਵੇਂ ਮੁਰਗੇ ਦਾ, ਕੁਛ ਖਾਓ, ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ। ਸੋ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ ਅਦਬ ਕਰਨਾ ਚਾਹੀਦਾ। ਹੁਣੇ ਵੀ ਗੁਰੂ ਗ੍ਰੰਥ ਸਾਹਿਬ ਘਰ 'ਚ ਰੱਖਿਆ ਹੋਵੇ ਤਾਂ ਪ੍ਰਕਾਸ਼ ਕਿਵੇਂ ਕਿਸ ਵੇਲੇ ਕਰਨਾ? ਕਈ ਕਹਿੰਦੇ ਹਨ 2-3 ਵਜੇ ਉੱਠ ਕੇ ਕਰਨਾ, ਕਈ 4-5 ਵਜੇ ਕਰਦੇ ਹਨ, ਕਈ ਕਹਿੰਦੇ ਵੀ ਇਹਦਾ ਸਮਾਂ ਜਿਹੜਾ ਹੈ ਉਹ ਅੰਮ੍ਰਿਤ ਵੇਲਾ ਹੈ, ਅਖੌਤੀ ਅੰਮ੍ਰਿਤ ਵੇਲਾ। ਸਿੱਖੀ ਵਿੱਚ ਅੰਮ੍ਰਿਤ ਵੇਲਾ ਕੋਈ ਨਹੀਂ ਹੁੰਦਾ। ਅੰਮ੍ਰਿਤ ਵੇਲਾ ਉਸਨੂੰ ਕਹਿੰਦੇ ਹਨ ਜਦੋਂ ਅਸੀਂ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਹਾਂ। ਜਦੋਂ ਵੀ ਪਾਠ ਕਰਦੇ ਹਾਂ ਉਹ ਅੰਮ੍ਰਿਤ ਵੇਲਾ ਹੈ, ਕਿਉਂਕਿ ਅੰਮ੍ਰਿਤ ਬਾਣੀ ਨੂੰ ਅਸੀਂ ਆਪਣੇ ਅੰਦਰ ਲਿਜਾ ਰਹੇ ਹਾਂ। ਬਾਕੀ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸ ਵੇਲੇ ਕਰਨਾ, ਇਹਦੀ ਕੋਈ ਪਾਬੰਦੀ ਨਹੀਂ। ਤੁਸੀਂ ਜਿਸ ਵੇਲੇ ਆਰਾਮ ਨਾਲ ਉੱਠ ਕੇ ਤਿਆਰ ਹੋ ਸਕਦੇ ਹੋ, ਸੌਖਾ। ਜੇਕਰ ਤੁਸੀਂ ਹੁਣ ਇੰਡੀਆ ਵਿੱਚ ਉੱਠ ਕੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ, ਫਿਰ ਤਾਂ ਇਹ ਕਰਮ ਕਾਂਡ ਹੋ ਗਿਆ, ਇਹ ਰਸਮ ਹੋ ਗਈ, ਇਹ ਦਿਖਾਵਾ ਹੋ ਗਿਆ, ਇਸ ਦਾ ਸਿੱਖੀ ਵਿੱਚ ਕੋਈ ਅਹਿਮੀਅਤ ਨਹੀਂ ਹੈ। ਸੋ ਜਿੰਨੀ ਛੇਤੀ ਹੋ ਸਕੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਅਤੇ ਜਦੋਂ ਸੌਣਾ ਹੋਵੇ ਜਾਂ ਕਿਤੇ ਬਾਹਰ ਜਾਣਾ ਹੋਵੇ ਤਾਂ ਜਿਸ ਤਰ੍ਹਾਂ ਵੀ ਤੁਹਾਨੂੰ ਆਸਾਨੀ ਹੋਵੇ, ਉਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰਨਾ, ਸੰਭਾਲਣਾ, ਉਸਨੂੰ ਬੰਦ ਕਰਨਾ ਜਿਹੜਾ ਉਹ ਕਰਨਾ ਚਾਹੀਦਾ। ਫਿਰ ਇੱਕ ਤੁਹਾਡਾ ਹੋਰ ਸਵਾਲ ਸੀਗਾ ਵੀ ਸਿੱਖ ਨੂੰ ਪਾਠ ਕਿੰਨਾ ਅਤੇ ਕਿਸ ਵੇਲੇ ਕਰਨਾ ਚਾਹੀਦਾ, ਕਿ ਨਿਤਨੇਮ ਵੀ ਤੜਕੇ ਉੱਠ ਕੇ ਕਰਨਾ ਚਾਹੀਦਾ ਜਾਂ ਸਵੇਰੇ ਕਰਨਾ ਚਾਹੀਦਾ ਜਾਂ ਸ਼ਾਮ ਨੂੰ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਨਿਤਨੇਮ ਦਾ ਤੁਸੀਂ ਮਸਲਾ ਕਰੋਗੇ ਵੀ ਹੈ ਕੀ ਹੈ। ਕਈ ਨਿਤਨੇਮ 5 ਬਾਣੀਆਂ ਨੂੰ ਕਹਿੰਦੇ ਹਨ, ਕਿਉਂਕਿ ਸਿੰਘ ਸਭਾ ਲਹਿਰ ਤੋਂ ਜਦੋਂ ਗੱਲ ਚੱਲੀ ਤਾਂ 5 ਬਾਣੀਆਂ, ਕਿਉਂਕਿ ਉਦੋਂ ਨਿਰਮਲਿਆਂ ਦੀ ਹਕੂਮਤ ਸੀ, ਉਹਨਾਂ ਨੇ 3 ਦਸਮ ਗ੍ਰੰਥ ਦੀਆਂ ਬਾਣੀਆਂ ਪਾ ਕੇ ਅਤੇ ਇਸ ਨੂੰ 5 ਬਾਣੀਆਂ ਕਰ ਦਿੱਤਾ। ਐਕਚੁਅਲ ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਉਹਦੇ ਪਹਿਲੇ 13 ਸਫਿਆਂ 'ਚ ਸਾਡਾ ਨਿਤਨੇਮ ਹੈ। ਜਪਜੀ ਸਾਹਿਬ ਹੈ, ਸੋਧਰ ਅਤੇ ਸੋਪੁਰਖ ਦੇ 9 ਸ਼ਬਦ ਨੇ ਅਤੇ 4 ਸ਼ਬਦ ਜਿਹੜੇ ਸੋਹਿਲਾ ਦੇ ਨੇ। ਸੋ ਸਿਰਫ ਇਹ 13 ਸਫੇ ਜਿਹੜੇ ਨੇ ਇਹ ਪਹਿਲਾ ਹੀ ਨਿਤਨੇਮ ਹੈ। ਫਿਰ ਸਵਾਲ ਵੀ ਸਿੱਖ ਨੇ ਕਿੰਨਾ ਨਿਤਨੇਮ ਕਰਨਾ ਹੈ? ਕਈ ਕਹਿੰਦੇ 5 ਬਾਣੀਆਂ, ਕਈ ਕਹਿੰਦੇ ਸੁਖਮਨੀ ਸਾਹਿਬ ਵੀ ਰੋਜ਼ ਪੜ੍ਹੋ, ਕਈ ਕਹਿੰਦੇ ਆਸਾ ਦੀ ਵਾਰ ਅਤੇ ਪੂਰਾ ਆਨੰਦ ਸਾਹਿਬ ਪੜ੍ਹੋ। ਕੋਈ ਪਾਬੰਦੀ ਨਹੀਂ ਹੈ, ਸਿੱਖ ਧਰਮ ਮੁਤਾਬਕ ਪਾਠ ਜਿਹੜਾ ਤੁਸੀਂ ਜਿੰਨਾ ਮੁਨਾਸਿਬ ਸੌਖੇ ਤਰੀਕੇ ਨਾਲ ਆਸਾਨੀ ਨਾਲ ਕਰ ਸਕਦੇ ਹੋ ਅਤੇ ਸਮਝ ਸਕਦੇ ਹੋ ਉਹ ਪਾਠ ਜ਼ਰੂਰੀ ਹੈ। ਕੋਈ ਇਹਦੇ 'ਚ ਕੋਈ ਪਾਬੰਦੀ ਨਹੀਂ। ਮੈਂ ਸਮਝਦਾ ਜੇ ਤੁਸੀਂ ਸਿਰਫ ਇੱਕ ਸ਼ਬਦ ਪੂਰਾ ਪੜ੍ਹ ਲਿਆ ਅਤੇ ਉਸਨੂੰ ਸਮਝ ਲਿਆ ਅਤੇ ਉਹ ਵੀ ਬਹੁਤ ਹੈ। ਜੇ ਤੁਸੀਂ ਇੱਕ ਸ਼ਬਦ ਇੱਥਾਂ ਦੇ ਇੱਕ ਤੁੱਕ, ਇੱਕ ਲਾਈਨ, ਇੱਕ ਸਤਰ ਜਿਹੜੀ ਹੈ ਉਹ ਪੜ੍ਹ ਲਈ ਹੈ, ਸਮਝ ਲਈ ਹੈ, ਸਾਰਾ ਦਿਨ ਉਸਨੂੰ ਗੁਣਗੁਣਾਉਂਦੇ ਰਹਿੰਦੇ ਹੋ, ਤੁਹਾਡੇ ਮਨ ਅਤੇ ਰੂਹ ਵਿੱਚ ਉਸ ਦਾ ਜਿਹੜਾ ਹਰ ਵੇਲੇ ਉਹਦੀ ਆਵਾਜ਼ ਗੂੰਜਦੀ ਰਹਿੰਦੀ ਹੈ, ਉਹਦਾ ਫਲਸਫਾ ਗੂੰਜਦਾ ਰਹਿੰਦਾ, ਫਿਰ ਉਸਨੂੰ ਤੁਸੀਂ ਜ਼ਿੰਦਗੀ ਵਿੱਚ ਨਿਭਾਉਂਦੇ ਹੋ ਅਤੇ ਫਿਰ ਜਿਹੜਾ ਉਹ ਗੁਰਬਾਣੀ ਜਿਹੜੀ ਹੈ ਉਸ ਪੜ੍ਹੇ ਦਾ ਫਾਇਦਾ ਹੈ। ਇੱਕ ਗੱਲ ਜਿਹੜੀ ਹੈ ਗੁਰਬਾਣੀ ਬਾਰੇ ਕਹੀ ਗਈ ਹੈ ਵੀ ਨਾਮ ਜਪੀ ਚਲੋ, ਵਾਹਿਗੁਰੂ ਵਾਹਿਗੁਰੂ ਕਰੀ ਚਲੋ, ਇਹਦਾ ਸਿੱਖੀ 'ਚ ਕੋਈ ਸਿਧਾਂਤ ਨਹੀਂ ਹੈ। ਇਹ ਸਾਰਾ ਜਿਹੜਾ ਕਰਮ ਕਾਂਡ ਬ੍ਰਾਹਮਣ ਹੈ, ਬ੍ਰਾਹਮਣੀ ਕਰਮ ਕਾਂਡ ਹੈ। ਵਾਹਿਗੁਰੂ ਕਹਿਣ ਨਾਲ ਤੁਹਾਡੇ ਮਨ ਦੇ ਅੰਦਰ ਵਾਹਿਗੁਰੂ ਨਹੀਂ ਆਉਂਦਾ, ਨਿਤਨੇਮ ਕੰਟੀਨਿਊਸਲੀ ਕਰੀ ਚਲੋ ਅਤੇ ਉਹਦਾ ਸਮਝੋ ਨਾ ਅਤੇ ਉਹ ਤੁਹਾਡੇ ਅੰਦਰ ਨਹੀਂ ਸਮਾਉਂਦਾ। 5 ਲੱਖ ਵਾਰੀ, ਕਰੋੜ ਵਾਰੀ, ਅਰਬ ਵਾਰੀ ਤੁਸੀਂ ਜੇਕਰ ਵਾਹਿਗੁਰੂ ਕਹਿ ਰਿਹਾ ਹੈ ਜਾਂ ਮੰਗਲਾਚਰਨ ਜਿਹਨੂੰ ਗਲਤ ਤੌਰ 'ਤੇ ਮੂਲ ਮੰਤਰ ਵੀ ਕਹਿੰਦੇ ਹਨ ਜਾਂ ਜਪਜੀ ਸ਼ਬਦ ਹੈ ਜਾਂ ਸੁਖਮਨੀ ਸ਼ਬਦ ਹੈ, ਕਰੋੜ ਪਾਠ ਵੀ ਕਰ ਲਓ ਕੋਈ ਫਾਇਦਾ ਨਹੀਂ। ਜੇ ਤੁਸੀਂ ਉਹਦਾ ਅਰਥ ਨਹੀਂ ਸਮਝਿਆ, ਮਤਲਬ ਨਹੀਂ ਸਮਝਿਆ ਅਤੇ ਮਨ ਵਿੱਚ ਨਹੀਂ ਵਸਾਇਆ। ਭਾਈ ਗੁਰਦਾਸ ਨੇ ਬੜਾ ਸੋਹਣਾ ਇਹਦੇ ਬਾਰੇ ਕਿਹਾ ਬਈ ਖਾਂਡ ਖਾਂਡ ਕਹੇ ਜੇ ਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਬੈਦ ਬੈਦ ਕਹੇ ਮਿਟਤ ਨਾ ਰੋਗ ਕਹੂ ਕੋ, ਦਰਬ ਦਰਬ ਕਹੇ ਕੋ ਦਰਬ ਹੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਬਾਸ ਬਾਸ, ਚੰਦਰ ਚੰਦਰ ਕਹੇ ਉਜਿਆਰੋ ਨਾ ਪ੍ਰਕਾਸ਼ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ
ਬਾਨ ਉਦਤ ਆਕਾਰ ਸਹਿ 437 ਜਿਹੜਾ ਕਵਿਤਾ ਭਾਈ ਗੁਰਦਾਸ ਲਿਖਦੇ ਨੇ ਬਈ ਤੁਸੀਂ ਖੰਡ ਕਿੰਨੀ ਵਾਰੀ ਕਰੋੜ ਵਾਰੀ ਕਹਿ ਦੋ ਤੇ ਮੂੰਹ ਵਿੱਚ ਮਿਠਾਸ ਨਹੀਂ ਆਉਂਦੀ। ਡਾਕਟਰ ਡਾਕਟਰ ਕਰੇ ਚਲੋ ਤੇ ਤੁਹਾਡੀ ਬਿਮਾਰੀ ਦਾ ਇਲਾਜ ਨਹੀਂ ਹੁੰਦਾ। ਚਾਨਣ ਚਾਨਣ ਕਹਿ ਦੋ ਤੇ ਘਰ ਵਿੱਚ ਹਨੇਰਾ ਖਤਮ ਨਹੀਂ ਹੁੰਦਾ। ਚੰਦਨ ਚੰਦਨ ਕਹੀ ਚਲੋ ਪਰਫਿਊਮ ਕਹੀ ਚਲੋ ਤੇ ਘਰ ਵਿੱਚ ਖੁਸ਼ਬੂ ਨਹੀਂ ਫੈਲ ਜਾਵੇਗੀ। ਇਹ ਤੇ ਤਾਂ ਹੀ ਹੋਵੇਗੀ ਜੇਕਰ ਉਸ ਦਾ ਪ੍ਰਕਾਸ਼ ਕੀਤਾ ਜਾਏਗਾ। ਜੇਕਰ ਅਸੀਂ ਬਾਣੀ ਪੜਾਂਗੇ ਸਮਝਾਂਗੇ ਤਾਂ ਹੀ ਉਸਦਾ ਪ੍ਰਕਾਸ਼ ਹੋਏਗਾ, ਉਹ ਤਾਂ ਹੀ ਮਨ। ਇੱਕ ਹੋਰ ਸਵਾਲ ਤੁਹਾਡਾ ਬੜਾ ਮੈਨੂੰ ਦਿਲਚਸਪ ਲੱਗਿਆ, ਉਹ ਇਹ ਸੀ ਵੀ ਕਿ ਸਿੱਖ ਨੇ ਇਸ਼ਨਾਨ ਜਲਦੀ ਉੱਠ ਕੇ ਕਰਨਾ ਹੈ, ਕਿਸ ਵੇਲੇ ਕਰਨਾ ਹੈ, ਕਿੰਨਾ ਕਰਨਾ ਹੈ, ਕਦੋਂ ਕਰਨਾ ਹੈ। ਆਮ ਤੌਰ 'ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਹਾਂ, ਅੰਮ੍ਰਿਤ ਵੇਲਾ ਉਹ ਹੈ ਜਦੋਂ ਤੁਸੀਂ ਵੀ ਗੁਰਬਾਣੀ ਪੜ੍ਹ ਲਈ, ਉਹ ਅੰਮ੍ਰਿਤ ਵੇਲਾ ਹੈ। 2 ਵਜੇ, 3 ਵਜੇ, 5 ਵਜੇ, 6 ਵਜੇ ਇਹ ਕੋਈ ਇਸ ਨੂੰ ਅੰਮ੍ਰਿਤ ਵੇਲਾ ਨਹੀਂ ਕਿਹਾ ਜਾਂਦਾ। ਇਹ ਵੀ ਸਵਖਤੇ ਸਵੇਰੇ ਜਿੰਨੀ ਜਲਦੀ ਉੱਠ ਸਕੋ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਤੁਹਾਡੇ 'ਚ ਚੁਸਤੀ ਫੁਰਤੀ ਆਉਂਦੀ ਅਤੇ ਦਲਿੱਦਰ ਜਿਹੜਾ ਉਹ ਖਤਮ ਹੁੰਦਾ ਹੈ। ਇਹ ਇਸ਼ਨਾਨ ਜਲਦੀ ਉੱਠ ਕੇ ਕਰਨ ਦਾ ਇਹੀ ਸਿਧਾਂਤ ਹੈ। ਫਿਰ ਇਹ ਵੀ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਰੋਜ਼ ਇਸ਼ਨਾਨ ਕਰਨਾ ਹੈ। ਠੰਡੇ ਮੁਲਕ ਹੈ ਜਿੱਥੇ ਤੁਹਾਨੂੰ ਪਸੀਨਾ ਨਹੀਂ ਆਉਂਦਾ ਅਤੇ ਜੇ ਰੋਜ਼ ਇਸ਼ਨਾਨ ਨਹੀਂ ਕੀਤਾ ਤਾਂ ਕੋਈ ਫਰਕ ਨਹੀਂ ਪੈਂਦਾ। ਜਿੱਥੇ ਗਰਮੀ ਹੈ, ਜਿੱਥੇ ਹੁੰਮਸ ਹੈ, ਜਿੱਥੇ ਮੀਂਹ ਪੈਂਦੇ ਹਨ, ਉੱਥੇ ਤੁਹਾਨੂੰ ਰੋਜ਼ ਕੀ ਕਈ ਵਾਰੀ 2-2, 3-3 ਵਾਰੀ ਵੀ ਨਹਾਉਣਾ ਪੈਂਦਾ, ਉੱਥੇ ਜ਼ਰੂਰੀ ਹੈ। ਸੋ ਇਸ ਕਰਕੇ ਇਸ਼ਨਾਨ ਦਾ ਰੋਜ਼ ਦਾ ਸਿਧਾਂਤ ਵੀ ਨਹੀਂ ਹੈ, ਕੋਈ ਇਹਦਾ ਟਾਈਮ ਵੀ ਫਿਕਸ ਨਹੀਂ ਕਦੋਂ ਕਰਨਾ। ਮੰਨ ਲਓ ਤੁਹਾਡੀ ਰਾਤ ਦੀ ਡਿਊਟੀ ਹੈ, ਤੁਸੀਂ ਤੜਕੇ 6-7 ਵਜੇ ਆਉਂਦੇ ਹੋ, 8 ਵਜੇ ਆਉਂਦੇ ਹੋ, ਅਤੇ ਉਹ ਤੁਹਾਡਾ ਅੰਮ੍ਰਿਤ ਵੇਲਾ ਕਿੱਥੇ ਗਿਆ, ਤੁਹਾਡਾ ਉਹ ਪਾਠ ਕਰਨ ਦਾ ਸਮਾਂ ਕਿੱਥੇ ਗਿਆ। ਸੋ ਇਹ ਸਾਰਾ ਜਿਹੜਾ ਕਰਮ ਕਾਂਡ ਹੈ ਬ੍ਰਾਹਮਣਾਂ ਦਾ, ਨਿਰਮਲਿਆਂ ਦਾ, ਉਦਾਸੀਆਂ ਦਾ ਜਿਹੜਾ ਪੈਦਾ ਕੀਤਾ ਹੈ, ਇਹ ਸਾਰਾ ਦਾ ਡੇਰੇ ਵਾਲਿਆਂ ਦਾ, ਜਿਹੜੀਆਂ ਅਖੌਤੀ ਨਕਲੀ ਸੰਪਰਦਾਵਾਂ ਨੇ, ਸਿੱਖੀ 'ਚ ਕੋਈ ਸੰਪਰਦਾ ਨਹੀਂ ਹੁੰਦੀ, ਇਹ ਉਹਨਾਂ ਲੋਕਾਂ ਦਾ ਪੈਦਾ ਕੀਤਾ ਹੋਇਆ। ਤੋ ਗੱਲ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ, ਇਸ਼ਨਾਨ ਦਾ ਸਿਧਾਂਤ ਜਿਹੜਾ ਉਹ ਸਿੱਖੀ ਵਿੱਚ ਆਪਣੀ ਸਫਾਈ ਜ਼ਰੂਰ ਰੱਖਣੀ ਹੈ, ਬਾਣੀ ਪੜ੍ਹਨੀ ਹੈ ਤਾਂ ਜੇ ਉਹਨੂੰ ਸਮਝਣਾ ਤਾਂ ਜ਼ਿੰਦਗੀ 'ਚ ਪੜ੍ਹਨੀ ਹੈ ਅਤੇ ਨਾਲ ਉਹਨੂੰ ਸਮਝਣਾ ਅਤੇ ਜ਼ਿੰਦਗੀ 'ਚ ਢੁਕਾਉਣਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਮੁਨਾਸਿਬ ਅਦਬ ਕਰ ਸਕੀਏ ਉਹਨਾਂ ਕਰਨਾ। ਇਹ ਨਾ ਜਨੇਊ ਦਾ ਸਿਧਾਂਤ ਹੈ, ਨਾ ਮੰਤਰ ਦਾ ਸਿਧਾਂਤ ਹੈ, ਨਾ ਕਰਮ ਕਾਂਡ ਹੈ ਸਿੱਖੀ 'ਚ, ਇਹ ਸਾਰੀਆਂ ਚੀਜ਼ਾਂ ਨਹੀਂ ਹਨ। ਸਿੱਖੀ ਵਿੱਚ ਜਿਹੜੀ ਹੈ ਉਹ ਜੀਵਨ ਜਿਉਣ ਦੀ ਜਾਂਚ ਹੈ, ਰੱਬ 'ਤੇ ਯਕੀਨ, ਰੱਬ 'ਤੇ ਯਕੀਨ ਦੇ ਨਾਲ ਨਾਲ ਚੰਗੇ ਜੀਵਨ ਜੀਣਾ, ਇਹ ਜਿਹੜਾ ਹੈ ਇਹ ਸਿੱਖੀ ਦਾ ਅਸਲ ਸਿਧਾਂਤ ਹੈ।